ਹਾਂਜੀ ਦੋਸਤੋ, 11ਵੀਂ ਕਲਾਸ ਦਾ ਤੁਹਾਡਾ ਜਿਹੜਾ ਮੈਥਸ ਦਾ ਯਾਨੀ ਕਿ ਗਣਿਤ ਦਾ ਸਤੰਬਰ ਅਕਤੂਬਰ 2024 ਦਾ ਪੇਪਰ ਹੋਣਾ ਹੈ। ਇਸ ਵੀਡੀਓ 'ਚ ਤੁਹਾਡੀ ਆਪਾਂ ਤਿਆਰੀ ਸਮਝ ਲਓ, ਚਾਹੇ ਇੱਕ ਇੰਪੋਰਟੈਂਟ ਕੁਐਸਚਨ ਆਂਸਰ ਸਮਝ ਲਓ, ਤੁਹਾਨੂੰ ਕਰਵਾਵਾਂਗੇ ਆਪਾਂ। ਤੁਹਾਨੂੰ ਪਤਾ ਲੱਗ ਜੂਗਾ ਵੀ ਕਿੱਦਾਂ ਤੁਹਾਡੇ ਕੋਲ ਪੇਪਰ 'ਚ ਕੁਐਸਚਨ ਆਂਸਰ ਆ ਸਕਦੇ ਨੇ, ਅਤੇ ਇਸ ਲਈ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ। ਅਤੇ ਜੇਕਰ ਚੈਨਲ 'ਤੇ ਨਵੇਂ ਆਏ ਹੋ, ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਔਨ ਕਰਕੇ ਰੱਖ ਲਿਓ। ਅੱਗੇ ਤੁਹਾਡੇ ਫਾਈਨਲ ਪੇਪਰਾਂ ਦੀ ਤਿਆਰੀ ਆਪਣੇ ਚੈਨਲ 'ਤੇ ਕਰਵਾਵਾਂਗੇ, ਸਿਰਫ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਵੀਡੀਓ ਨੂੰ ਐਂਡ ਤੱਕ ਦੇਖਣਾ। ਅਤੇ ਚਲੋ ਕਰਦੇ ਹਾਂ ਸਟਾਰਟ। ਟੈਲੀਗ੍ਰਾਮ, ਵਟਸਐਪ ਚੈਨਲ, ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ, ਨਵੀਂ ਆਈਡੀ ਬਣਾਈ ਹੈ, ਲਿੰਕ ਡਿਸਕ੍ਰਿਪਸ਼ਨ 'ਚ ਹੈ। ਤੋਂ ਪਹਿਲਾਂ ਆਪਣਾ ਸਵਾਲ ਹੈਗਾ MCQ ਟਾਈਪ ਆਫ ਸੈਕਸ਼ਨ ਏ 'ਚ, ਆਪਣਾ ਸੈੱਟ ਏ ਅੱਗੇ ਜਿਹੜੀ ਸਟੇਟਮੈਂਟ ਲਿਖੀ ਹੋਈ ਹੈ ਇਹਨਾਂ ਨੇ, ਵਿੱਚ ਆਫ ਦਾ ਫੋਲੋਇੰਗ ਇਜ਼ ਇਨਕਰੈਕਟ, ਯਾਨੀ ਕਿ ਦੋਸਤੋ ਇਹਨਾਂ ਨੇ ਪੁੱਛਿਆ ਵੀ ਇਸ ਵਿੱਚ ਇਨਕਰੈਕਟ ਫੋਲੋਇੰਗ ਕਿਹੜੀ ਹੈਗੀ। ਇਹਦਾ ਆਪਾਂ ਦੋਸਤੋ ਆਂਸਰ ਲਗਾਵਾਂਗੇ ਪਹਿਲੇ ਦਾ ਆਪਸ਼ਨ ਨੰਬਰ ਸੀ, ਯਾਨੀ ਕਿ ਦੋਸਤੋ ਜਿਹੜਾ ਆ 5 ਅਤੇ ਬ੍ਰੈਕਟ ਜੀ ਬਣਾਏ ਹੋਏ ਨੇ, ਪਹਿਲੇ ਦਾ ਇਹ ਆਂਸਰ ਹੈ। ਨੈਕਸਟ ਕੁਸ਼ਚਨ ਹੈ ਐੱਨ ਏ ਮਲਟੀਪਲਾਈ ਬੀ ਇਜ਼ ਇਕੁਅਲ ਟੂ ਐੱਨ ਬੀ ਮਲਟੀਪਲਾਈ ਏ ਇਫ, ਇਹਦਾ ਮਤਲਬ ਆਂਸਰ ਹੈ ਉਹ ਦੂਜੇ ਦਾ ਆਪਸ਼ਨ ਨੰਬਰ ਡੀ, ਆਲ ਆਫ ਦੀਜ਼, ਠੀਕ ਹੈ। ਅਤੇ ਦੋਸਤੋ ਜੇਕਰ ਤੁਹਾਨੂੰ ਇਹਨਾਂ ਸਵਾਲਾਂ ਵਿੱਚ ਕੋਈ ਵੀ ਆਂਸਰ 'ਚ ਡਾਊਟ ਲੱਗਦਾ ਤਾਂ ਆਪਾਂ ਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ, ਤਾਂ ਆਪਾਂ ਤੁਹਾਨੂੰ ਕਲੀਅਰ ਕਰ ਦਾਂਗੇ ਇੱਕ ਵਾਰ। ਅਤੇ ਅਗਲਾ ਥਰਡ ਕੁਸ਼ਚਨ ਹੈ ਦ ਵੈਲਿਊ ਆਫ ਸਾਈਨ 1800 ਡਿਗਰੀ ਇਜ਼, ਇਹਦਾ ਮਤਲਬ ਦੋਸਤੋ ਆਊਗਾ ਆਂਸਰ ਆਪਸ਼ਨ ਨੰਬਰ ਸੀ, ਯਾਨੀ ਦੋਸਤੋ 0। ਇਸ ਤੋਂ ਅੱਗੇ ਆਪਣਾ ਵੀ ਅਗਲਾ ਕੁਸ਼ਚਨ ਹੈ ਦੋਸਤੋ, ਚੌਥਾ ਦ ਸੈੱਟ ਆਫ ਆਲ ਇਰੈਸ਼ਨਲ ਨੰਬਰਸ ਬਿਟਵੀਨ √2 ਐਂਡ √5 ਇਜ਼। ਹਾਂਜੀ ਦੋਸਤੋ, ਇਹਦਾ ਆਂਸਰ ਆਵੇਗਾ ਆਪਣਾ ਵੀ ਚੌਥੇ ਦਾ ਆਪਸ਼ਨ ਨੰਬਰ ਏ, ਇਨਫੀਨਿਟ ਸੈੱਟ, ਠੀਕ ਹੈ। ਇਸ ਤੋਂ ਅੱਗੇ ਅਗਲਾ ਕੁਸ਼ਚਨ ਹੈ ਦ ਡੋਮੇਨ ਆਫ ਸਿਗਨਮ ਫੰਕਸ਼ਨ ਵਾਈ ਇਜ਼ ਇਕਲ ਟੂ ਐਕਸ, ਅੱਗੇ ਦੋਸਤੋ ਸਟੇਟਮੈਂਟ ਲਿਖੀ ਹੋਈ ਹੈ ਇਜ਼, ਇਹਦਾ ਮਤਲਬ ਦੋਸਤੋ 5ਵੇਂ ਦਾ ਆਂਸਰ ਆਊਗਾ। ਇਹ ਤੁਸੀਂ ਦੋਸਤੋ ਆਪ ਕਲੀਅਰ ਕਰ ਲਿਓ, ਸੋਲਵ ਕਰਕੇ ਦੇਖਣ ਵਾਲਾ ਸਵਾਲ ਹੈ, ਤੁਸੀਂ ਕਰ ਲੈਣਾ। ਅਗਲਾ ਕੁਸ਼ਚਨ ਹੈ ਇਫ ਸਾਈਨ ਐਕਸ ਇਜ਼ ਇਕਲ ਟੂ -a / b ਦੈਨ ਦ ਵੈਲਿਊ ਆਫ ਕੋਸੈਕਸ ਇਜ਼ ਡੈਸ਼, ਇਹਦਾ ਮਤਲਬ ਦੋਸਤੋ ਆਂਸਰ ਆਊਗਾ ਅੱਗੇ 6ਵੇਂ ਦਾ ਸੀ ਆਪਸ਼ਨ ਨੰਬਰ, ਠੀਕ ਹੈ। ਇਸ ਤੋਂ ਅੱਗੇ ਅਗਲਾ ਕੁਸ਼ਚਨ ਹੈ ਦ ਕੰਜੂਗੇਟ ਆਫ 2 ਇਜ਼ ਡੈਸ਼, ਇਹਦਾ ਮਤਲਬ ਦੋਸਤੋ 7ਵੇਂ ਦਾ ਆਂਸਰ ਹੈਗਾ ਆਪਸ਼ਨ ਨੰਬਰ ਸੀ, ਠੀਕ ਹੈ। ਇਸ ਤੋਂ ਅੱਗੇ ਅਗਲਾ ਕੁਸ਼ਚਨ ਹੈ ਦੋਸਤੋ, ਇਸ ਤੋਂ ਅੱਗੇ ਦੋਸਤੋ ਆਪਣਾ ਵੀ 8ਵਾਂ ਕੁਸ਼ਚਨ ਹੈ ਇਫ 3x -y, ਆਪਣਾ ਇਹ ਸਾਈਨ ਲਗਾਇਆ ਹੋਇਆ ਇਹਨਾਂ ਨੇ -2 ਦੈਨ, 8ਵੇਂ ਦਾ ਮਤਲਬ ਦੋਸਤੋ ਆਂਸਰ ਆਜੂਗਾ ਆਪਸ਼ਨ ਨੰਬਰ ਏ ਐਕਸ, ਇਸ ਤੋਂ ਅੱਗੇ ਆਪਣਾ ਇਹ ਸਾਈਨ ਲਗਾ ਕੇ 2, ਠੀਕ ਹੈ। 9ਵਾਂ ਕੁਸ਼ਚਨ ਹੈ ਦੇਅਰ ਆਰ 25 ਕੁਸ਼ਚਨਸ ਆਫ ਮਲਟੀਪਲ ਚੋਇਸ ਟਾਈਪ ਆਫ ਕੁਸ਼ਚਨਸ ਹੈਵਿੰਗ 4 ਆਪਸ਼ਨਸ ਦੈਟ ਦ ਟੋਟਲ ਆਫ ਦਾ ਵੇਜ਼ ਟੂ ਟਿਕ ਦਾ ਆਪਸ਼ਨ ਇਫ ਦਾ ਆਂਸਰ ਇਜ਼ ਨੋਟ ਨੋਨ, ਆਪਣਾ ਵੀ ਦੋਸਤੋ ਅਗਲਾ ਕੁਸ਼ਚਨ ਹੈ 9ਵਾਂ, 9ਵੇਂ ਦਾ ਆਂਸਰ ਆਪਸ਼ਨ ਨੰਬਰ ਬੀ, ਠੀਕ ਹੈ, ਯਾਨੀ ਕਿ 25 ਅੱਗੇ 4, ਠੀਕ ਹੈ। ਇਸ ਤੋਂ ਅੱਗੇ ਦੋਸਤੋ 10ਵਾਂ ਕੁਸ਼ਚਨ ਹੈ ਦ ਵੈਲਿਊ ਆਫ ਆਈ -35 ਇਜ਼, 10ਵੇਂ ਦਾ ਮਤਲਬ ਵੀ ਦੋਸਤੋ ਆਂਸਰ ਹੈਗਾ ਆਪਸ਼ਨ ਨੰਬਰ ਡੀ, ਯਾਨੀ ਕਿ ਦੋਸਤੋ ਆਈ। ਇਸ ਤੋਂ ਅੱਗੇ ਅਗਲਾ ਕੁਸ਼ਚਨ ਹੈ ਫੋਰ ਨੈਚੁਰਲ ਨੰਬਰ ਐੱਨ 2n ਕੈਨ ਬੀ ਰਿਟਨ ਐਜ਼, 11ਵੇਂ ਦਾ ਮਤਲਬ ਆਂਸਰ ਹੈ ਦੋਸਤੋ, ਤੁਸੀਂ ਦੇਖ ਸਕਦੇ ਹੋ 11ਵੇਂ ਦਾ ਕੀ ਆਂਸਰ ਹੈ, ਆਪਸ਼ਨ ਨੰਬਰ ਬੀ, ਠੀਕ ਹੈ। ਇਸ ਤੋਂ ਅੱਗੇ ਅਗਲਾ ਕੁਸ਼ਚਨ ਹੈ ਦ ਵੈਲਿਊ ਆਫ ਟੈਨ 15 °, ਠੀਕ ਹੈ, ਇਹਦਾ ਆਂਸਰ ਆਵੇਗਾ ਮਤਲਬ 12ਵੇਂ ਦਾ ਦੋਸਤੋ ਬੀ ਆਪਸ਼ਨ ਨੰਬਰ, ਠੀਕ ਹੈ। ਦ ਟੋਟਲ ਨੰਬਰ ਆਫ ਟਰਮਸ ਇਨ ਦਾ ਐਕਸਪੈਂਸ਼ਨ ਆਫ ਏ +b ਐੱਨ, ਇਹਦਾ ਮਤਲਬ ਦੋਸਤੋ 13ਵੇਂ ਦਾ ਆਂਸਰ ਆਪਸ਼ਨ ਨੰਬਰ ਬੀ। ਇਸ ਤੋਂ ਅੱਗੇ ਅਗਲਾ ਕੁਸ਼ਚਨ ਹੈ ਦੋਸਤੋ, ਤੁਸੀਂ ਦੇਖ ਸਕਦੇ ਹੋ 14ਵਾਂ, ਇਹਦਾ ਵੀ ਦੋਸਤੋ 14ਵੇਂ ਦਾ ਮਤਲਬ ਆਂਸਰ ਹੈਗਾ ਆਪਸ਼ਨ ਨੰਬਰ ਏ ਐੱਨ -1। ਅਗਲਾ ਕੁਸ਼ਚਨ ਹੈ ਇਫ ਜ਼ੈਡ ਇਜ਼ ਇਕੁਅਲ ਟੂ 3 + 4i ਦੈਨ ਜ਼ੈਡ ਵਿਲ ਬੀ, 15ਵੇਂ ਦਾ ਕੁਸ਼ਚਨ ਆਪਸ਼ਨ ਨੰਬਰ ਏ, ਅਤੇ 16ਵੇਂ ਦਾ ਮਤਲਬ ਦੋਸਤੋ ਦ ਵੈਲਿਊ ਆਫ 4i -3i ਇਜ਼ ਅ ਡੈਸ਼, ਇਹਦਾ ਮਤਲਬ 16ਵੇਂ ਦਾ ਆਂਸਰ ਆਪਸ਼ਨ ਨੰਬਰ ਬੀ,
ਯਾਨੀ ਕਿ 18। ਇਹ ਦੋਸਤੋ ਸੋਲਵ ਕਰਕੇ ਵਿੱਚ ਵਿੱਚ ਸਵਾਲ ਕਰਨ ਵਾਲੇ ਨੇ, ਆਪਾਂ ਸੋਲਵ ਕਰਕੇ ਤੁਹਾਨੂੰ ਆਂਸਰ ਦੱਸਤੇ ਇਹਨਾਂ ਦੇ, ਕਲੀਅਰ ਕਰਤੇ। ਇਸ ਤੋਂ ਅੱਗੇ ਟਰੂ ਫੋਲਸ ਆ ਗਿਆ, ਮਤਲਬ ਜਿਨ੍ਹਾਂ ਵਿੱਚ ਤੁਹਾਡੇ ਪੇਪਰ 'ਚ ਕੋਈ ਵੀ ਸਵਾਲ ਆ ਗਿਆ ਤੁਸੀਂ ਮਿੰਟ 'ਚ ਕਰ ਦੋਗੇ। ਟਰੂ ਫੋਲਸ ਆ ਗਏ ਦੋਸਤੋ, ਅ ਸੈੱਟ ਆਫ ਈਵਨ ਪ੍ਰਾਈਮ ਨੰਬਰ ਇਜ਼ ਆ ਸਿੰਗਲ ਟਨ ਸੈੱਟ। ਇਹਦਾ ਮਤਲਬ ਦੋਸਤੋ ਪਹਿਲੇ ਦਾ ਆਂਸਰ ਹੈਗਾ ਟਰੂ, ਠੀਕ ਹੈ, ਟਰੂ ਆਵੇਗਾ। ਇਸ ਤੋਂ ਅੱਗੇ ਦੂਜਾ ਹੈਗਾ ਐਵਰੀ ਫੰਕਸ਼ਨ ਇਜ਼ ਸੈਡ ਟੂ ਬੀ ਅ ਰਿਲੇਸ਼ਨ। ਇਹ ਦੋਸਤੋ ਤੁਸੀਂ ਆਪ ਕਲੀਅਰ ਕਰ ਲਿਓ ਕੀ ਆਂਸਰ ਹੋ ਸਕਦਾ। ਇਸ ਤੋਂ ਅੱਗੇ ਦ ਰੇਂਜ ਆਫ ਸਾਈਨ ਐਕਸ ਇਜ਼ ਮਾਈਨਸ ਵਨ ਵਨ। ਤੀਜੇ ਦਾ ਦੋਸਤੋ ਮਤਲਬ ਆਂਸਰ ਇਹ ਵੀ ਤੁਸੀਂ ਆਪ ਕਲੀਅਰ ਕਰ ਲਿਓ। ਚੌਥਾ ਹੈਗਾ ਇਫ ਮਾਈਨਸ ਟੂ ਇਜ਼ ਐਡਿਡ ਟੂ ਬੋਥ ਸਾਈਡਸ ਆਫ ਇਨਇਕੁਆਲਿਟੀ ਬਾਈ ਆਪਣਾ ਮਾਈਨਸ ਟੂ, ਦੈਨ ਇਟ ਬਿਕਮਸ ਟੂ ਮਾਈਨਸ ਵਾਈ ਅੱਗੇ ਮਾਈਨਸ ਫੋਰ। ਇਹਦਾ ਮਤਲਬ ਦੋਸਤੋ ਚੌਥੇ ਦਾ ਆਂਸਰ ਹੈਗਾ ਫਾਲਸ। ਇਸ ਤੋਂ ਅਗਲਾ ਕੁਸ਼ਚਨ ਹੈ ਦ ਕੰਜੂਗੇਟ ਆਫ ਕੰਜੂਗੇਟ ਆਫ ਥ੍ਰੀ ਪਲੱਸ ਮਾਈਨਸ ਆਪਣਾ ਥ੍ਰੀ ਪਲੱਸ ਆਈ ਥ੍ਰੀ ਮਾਈਨਸ ਆਈ, ਠੀਕ ਹੈ, ਇਜ਼ ਅ ਕੰਪਲੈਕਸ ਨੰਬਰ। ਪੰਜਵੇਂ ਦਾ ਦੋਸਤੋ ਨੰਬਰ ਹੈਗਾ ਆਪਣੇ ਲਵੇ ਫਾਲਸ, ਠੀਕ ਹੈ, ਪੰਜਵਾਂ ਵੀ ਫਾਲਸ ਹੈ। ਛੇਵਾਂ ਹੈਗਾ ਆਪਣੇ ਲਵੇ ਚਾਰ ਡਿਗਰੀ 'ਚ, ਇਸ ਤੋਂ ਅੱਗੇ ਸੀ ਟੂ, ਠੀਕ ਹੈ, ਅੱਗੇ ਇਸ ਤਰ੍ਹਾਂ ਜਿਹੜਾ ਇਹਨਾਂ ਨੂੰ ਸਟੇਟਮੈਂਟ ਦਿੱਤੀ ਹੋਈ ਹੈ ਸੋਲਵ ਕਰਕੇ ਆਪਣੇ ਲਵੇ ਕਿੰਨਾ ਆਊਗਾ ਇਹ ਜਿਹੜਾ, ਯਾਨੀ ਕਿ ਸੋਲਵ ਕਰਕੇ ਇਕੁਅਲ 'ਚ ਇਹ ਆਊਗਾ ਕਿ ਜਾਂ ਫਿਰ ਨਹੀਂ, ਇਹਨਾਂ ਨੇ ਪੁੱਛਿਆ। ਛੇਵੇਂ ਦਾ ਆਪਣੇ ਲਵੇ ਆਂਸਰ ਆਊਗਾ ਦੋਸਤੋ ਟਰੂ, ਠੀਕ ਹੈ, ਟਰੂ ਆਊਗਾ ਇਹ, ਤੁਸੀਂ ਸੋਲਵ ਕਰਕੇ ਦੇਖ ਲਿਓ। ਚਾਹੇ ਇਫ ਆਰ ਇਜ਼ ਇਕੁਅਲ ਟੂ ਐੱਨ ਦੈਨ ਸੀ ਇਜ਼ ਇਕੁਅਲ ਟੂ ਐੱਨ, ਇਹਦਾ ਆਪਣੇ ਲਵੇ ਫਾਲਸ ਆਊਗਾ। ਅੱਠਵੇਂ ਦਾ ਦੋਸਤੋ ਆਪਣੇ ਲਵੇ ਇਹਦਾ ਵੀ ਫਾਲਸ ਆਊਗਾ, ਕਿਉਂਕਿ ਇਵੇਂ ਲਿਖਿਆ ਨਹੀਂ ਜਾ ਸਕਦਾ, ਠੀਕ ਹੈ। ਇਸ ਤੋਂ ਅੱਗੇ ਆਪਣਾ ਫਿਲਿੰਗ ਦਾ ਬਲੈਂਕਸ ਆ ਗਈਆਂ ਦੋਸਤੋ। ਦਾ ਟੋਟਲ ਨੰਬਰਸ ਆਫ ਸਬਸਟਾਂਸ ਸਬਸੈਟਸ ਆਫ ਆ ਸੈੱਟ ਏ ਇਫ ਐੱਨ ਏ ਇਜ਼ ਇਕੁਅਲ ਟੂ ਫੋਰ ਇਜ਼ ਡੈਸ਼। ਇਹਦਾ ਮਤਲਬ ਪਹਿਲੇ ਦਾ ਆਂਸਰ ਹੈਗਾ ਦੋਸਤੋ ਫਿਲਿੰਗ ਦਾ ਬਲੈਂਕਸ ਦਾ, ਤੁਹਾਨੂੰ ਦੱਸਦੇ ਹਾਂ ਆਪਾਂ, ਇਹਦਾ ਆਂਸਰ ਹੈਗਾ ਸਿਕਸਟੀਨ, ਸਿਕਸਟੀਨ ਆਊਗਾ ਇੱਥੇ, ਠੀਕ ਹੈ, ਪਹਿਲੇ 'ਚ। ਦੂਜਾ ਹੈਗਾ ਦਾ ਰੇਂਜ ਆਫ ਐਕਸ ਇਜ਼, ਇਹਦਾ ਮਤਲਬ ਦੋਸਤੋ ਆਂਸਰ ਆਊਗਾ ਦੂਜੇ ਦਾ ਜ਼ੀਰੋ ਟੂ ਇਨਫੀਨਿਟੀ, ਠੀਕ ਹੈ, ਕਿੰਨਾ ਵੀ। ਇਸ ਤੋਂ ਅੱਗੇ ਤੀਜਾ ਹੈਗਾ ਦਾ ਪੀਰੀਅਡ ਆਫ ਸਾਈਨ, ਅੱਗੇ ਇਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਹੋਈ ਆ। ਤੀਜੇ ਦਾ ਆਂਸਰ ਹੈਗਾ ਇਹ ਦੋਸਤੋ ਤੁਸੀਂ ਆਪ ਕਰਨਾ ਤੀਜਾ। ਚੌਥਾ ਕੁਸ਼ਚਨ ਹੈ ਦਾ ਸਲਿਊਸ਼ਨ ਆਫ ਫੋਰ ਐਕਸ ਪਲੱਸ ਥ੍ਰੀ ਅੱਗੇ ਸਿਕਸ ਐਕਸ ਪਲੱਸ ਸੈਵਨ। ਚੌਥੇ ਦਾ ਆਂਸਰ ਹੈਗਾ ਦੋਸਤੋ ਮਾਈਨਸ ਟੂ ਅੱਗੇ ਇਨਫੀਨਿਟੀ, ਠੀਕ ਹੈ, ਤੋਂ ਲੈ ਕੇ ਮਾਈਨਸ ਟੂ ਤੋਂ ਲੈ ਕੇ ਇਨਫੀਨਿਟੀ ਤੱਕ, ਇਹ ਦੋਸਤੋ ਐਵੇਂ ਕਰਨਾ ਹੈਗਾ। ਅਗਲਾ ਆਪਣਾ ਵੀ ਦੋਸਤੋ ਕੁਸ਼ਚਨ ਹੈ ਦ ਵੈਲਿਊ ਆਫ ਜ਼ੀਰੋ ਇਜ਼, ਜ਼ੀਰੋ ਦੀ ਵੈਲਿਊ ਕੀ ਹੈ ਦੋਸਤੋ। ਇਹਦਾ ਮਤਲਬ ਆਂਸਰ ਹੈਗਾ, ਹਾਂਜੀ ਦੋਸਤੋ, ਇਹਦਾ ਆਂਸਰ ਹੈਗਾ ਮਤਲਬ ਦ ਵੈਲਿਊ ਆਫ ਜ਼ੀਰੋ ਦਾ ਇੱਕ ਆਊਗਾ, ਠੀਕ ਹੈ, ਇੱਥੇ ਸੋਲਵ ਕਰਕੇ ਦੇਖ ਲਿਓ। ਅਗਲਾ ਹੈਗਾ ਦਾ ਵੈਲਿਊ ਆਫ, ਇਹਦਾ ਮਤਲਬ ਦੋਸਤੋ ਆਊਗਾ ਆਂਸਰ ਜ਼ੀਰੋ। ਅਗਲਾ ਹੈਗਾ ਦੋਸਤੋ ਦੈਨ ਵੈਲਿਊ ਆਫ ਸੀ, ਠੀਕ ਹੈ, ਇਹਦਾ ਆਂਸਰ ਆਊਗਾ ਐੱਨ ਸੀ, ਇਹਦਾ ਮਤਲਬ ਇੱਕ ਆਊਗਾ ਆਂਸਰ, ਠੀਕ ਹੈ। ਐਂਡਲਾ ਦੋਸਤੋ ਤੁਸੀਂ ਆਪ ਸੋਲਵ ਕਰ ਲਿਓ। ਇਸ ਤੋਂ ਅੱਗੇ ਸੈਕਸ਼ਨ ਵੀ ਵਿੱਚ ਦੋਸਤੋ ਰਲਵੇ ਦੋ ਦੋ ਤਿੰਨ ਤਿੰਨ ਨੰਬਰਾਂ ਵਾਲੇ ਕੁਸ਼ਚਨ ਆਂਸਰ ਆ ਗਏ, ਐਕਸਪ੍ਰੈਸ ਕਰਨਾ ਆਪਾਂ ਨੇ, ਠੀਕ ਹੈ। ਇਸ ਤੋਂ ਅੱਗੇ ਦੋਸਤੋ ਸੋਲਵ ਦਾ ਇਨਇਕੁਆਲਿਟੀ, ਇਹਨਾਂ ਸਾਰਿਆਂ ਨੂੰ ਸੋਲਵ ਕਰ ਲਿਓ ਦੋਸਤੋ। ਜੇਕਰ ਤੁਹਾਨੂੰ ਇਹਨਾਂ ਦਾ ਵੀ ਸਲਿਊਸ਼ਨ ਚਾਹੀਦੇ ਨੇ ਤਾਂ ਵੱਧ ਤੋਂ ਵੱਧ ਕਮੈਂਟ ਕਰ ਦੇਣਾ ਵੀਡੀਓ ਨੂੰ, ਇੱਕ ਲਾਈਕ ਕਰਕੇ ਵੀ। ਜੇਕਰ ਤੁਹਾਨੂੰ ਇਸਦੇ ਸਲਿਊਸ਼ਨ ਚਾਹੀਦੇ ਨੇ, ਜ਼ਿਆਦਾ ਕਮੈਂਟ ਹੋਣਗੇ, ਜਿੰਨੇ ਜ਼ਿਆਦਾ ਉਨੀ ਛੇਤੀ ਤੁਹਾਡੇ ਇਸਦੇ ਸਲਿਊਸ਼ਨ ਵੀ ਆਪਾਂ ਲੈ ਕੇ ਆਵਾਂਗੇ। ਜੇਕਰ ਤੁਹਾਨੂੰ ਇਸਦੇ ਸਲਿਊਸ਼ਨ ਚਾਹੀਦੇ ਨੇ ਕਮੈਂਟ ਕਰ ਦੇਣਾ। ਹਾਂਜੀ ਦੋਸਤੋ, ਇਵੇਂ ਜਿਹੜਾ ਤੁਹਾਡਾ ਇਹ ਪੇਪਰ ਕੰਪਲੀਟ ਹੋ ਜਾਂਦਾ ਇੰਪੋਰਟੈਂਟ ਕੁਸ਼ਚਨ ਵਾਲਾ। ਜੇਕਰ ਤੁਹਾਨੂੰ ਸਲਿਊਸ਼ਨ ਚਾਹੀਦੇ ਹੋਏ ਕਮੈਂਟ ਕਰ ਦਿਓ ਵੱਧ ਤੋਂ ਵੱਧ, ਅਤੇ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ। ਇਸ ਦਾ PDF ਤੁਹਾਨੂੰ ਟੈਲੀਗ੍ਰਾਮ 'ਤੇ ਮਿਲ ਜੂਗਾ, ਲਿੰਕ ਡਿਸਕ੍ਰਿਪਸ਼ਨ 'ਚ, ਜੁਆਇਨ ਕਰ ਲਓ ਜਲਦੀ। ਧੰਨਵਾਦ, ਜਲਦੀ ਮਿਲਦੇ ਨੈਕਸਟ ਵੀਡੀਓ ਵਿੱਚ।